जहाँ बरकतें मिलती हैं, जहाँ बरकतें मिलती हैं, आओ खुदावंद के घर चले। जहाँ नेमतें मिलती हैं, जहाँ नेमतें मिलती हैं, आओ खुदावंद के घर चले, आओ खुदावन के घर चले। सुनी दिया मिलन लो, सुनी दिया चंगा के तेरे भवन विच वास होवे, चंगा के तेरे भवन विच वास होवे। जान मेरी प्यासी तेरी, जान मेरी प्यासी तेरी, ਤਪਦੀਆਂ ਧੁੱਪਾਂ ਵਿੱਚ ਹਿਰਨੀ ਦੀ ਪਿਆਸ ਹੋਵੇ, ਜਿਵੇਂ ਤਪਦੀਆਂ ਧੁੱਪਾਂ ਵਿੱਚ ਹਿਰਨੀ ਦੀ ਪਿਆਸ ਹੋਵੇ। ਸੋਨੇ ਦਿਆਂ ਮਹਿਲਾਂ ਨਾਲੋਂ, ਸੋਨੇ ਦਿਆਂ ਮਹਿਲਾਂ ਨਾਲੋਂ, ਮੇਰੇ ਨਾਲੋਂ ਪੰਛੀ ਚੰਗੇ ਚੈਨ ਨਾਲ ਸੌਂਦੇ ਨੇ, ਮੇਰੇ ਨਾਲੋਂ ਪੰਛੀ ਚੰਗੇ ਚੈਨ ਨਾਲ ਸੌਂਦੇ ਨੇ, ਜਿਹੜੇ ਤੇਰੇ ਘਰ ਵਿੱਚ ਆਲਣਾ ਬਣਾਉਂਦੇ ਨੇ, ਜਿਹੜੇ ਤੇਰੇ ਘਰ ਵਿੱਚ ਆਲਣਾ ਬਣਾਉਂਦੇ ਹੈ, ਜਿਹੜੇ ਤੇਰੇ ਘਰ ਵਿੱਚ ਆਲਣਾ ਬਣਾਉਂਦੇ ਨੇ, ਜਿਹੜੇ ਤੇਰੇ ਘਰ ਵਿੱਚ ਆਲਣਾ ਬਣਾਉਂਦੇ ਨੇ। ਕਦਮ ਚ ਰੱਖ ਮੈਨੂੰ, ਕਦਮ ਚ ਰੱਖ ਮੈਨੂੰ, ਹਾਂ ਕਦਮ ਚ ਰੱਖ ਮੈਨੂੰ, ਕਦਮ ਚ ਰੱਖ ਮੈਨੂੰ, ਜਿਵੇਂ ਸਵਾਮੀ ਚਰਨਾ ਚ ਜਿਵੇਂ ਕੋਈ ਦਾਸ ਹੋਵੇ, ਜਿਵੇਂ ਸਵਾਮੀ ਦਿਆ ਚਰਨਾ ਚ ਜਿਵੇਂ ਕੋਈ ਦਾਸ ਹੋਵੇ। ਸੋਨੇ ਦਿਆ ਮਹਿਲਾਂ ਨਾਲੋਂ, ਸੋਨੇ ਦਿਆ ਮਹਿਲਾਂ ਨਾਲੋਂ, ਯਿਸੂ ਚੰਗਾ ਭਵਨ ਵਿੱਚ ਵਾਸ ਹੋਵੇ, ਯਿਸੂ ਚੰਗਾ ਹੈ ਕਿ
ਹੋਵੇ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਸਾਡੇ ਪ੍ਰਭੂ ਯੇਸ਼ੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਜਦੋਂ ਅਸੀਂ ਰੋਮੀਆਂ ਦੇ ਨਾਮ ਸੰਤ ਪੌਲਸ ਦਾ ਪੱਤਰ ਪੜ੍ਹਦੇ ਹਾਂ, ਉਹਦਾ ਪੰਜ ਬਾਪ ਤਿੰਨ ਐਤ ਵਿੱਚ ਵਚਨ ਸਾਨੂੰ ਦੱਸਦਾ ਹੈ, ਇੰਨਾ ਹੀ ਨਹੀਂ ਅਸੀਂ ਆਪਣੇ ਦੁੱਖ ਤਕਲੀਫਾਂ 'ਤੇ ਵੀ ਖੁਸ਼ੀ ਮਨਾਉਂਦੇ ਹਾਂ, ਇਹ ਜਾਣਦੇ ਹੋਏ ਕਿ ਦੁੱਖ ਤਕਲੀਫ ਸਹਿਣ ਸ਼ਕਤੀ ਪੈਦਾ ਕਰਦੇ ਹਨ ਅਤੇ ਸਹਿਣ ਸ਼ਕਤੀ ਦ੍ਰਿੜਤਾ ਪੈਦਾ ਕਰਦੀ ਹੈ ਅਤੇ ਦ੍ਰਿੜਤਾ ਉਮੀਦ ਪੈਦਾ ਕਰਦੀ ਹੈ। ਉਮੀਦ ਸਾਨੂੰ ਨਿਰਾਸ਼ ਨਹੀਂ ਕਰਦੀ ਕਿਉਂਕਿ ਸਾਨੂੰ ਦਿੱਤੇ ਗਏ ਰੂਹ ਪਾਕ ਦੇ ਰਾਹੀਂ ਖੁਦਾ ਦਾ ਪਿਆਰ ਸਾਡੇ ਦਿਲਾਂ ਵਿੱਚ ਪਾਇਆ ਗਿਆ ਹੈ। ਪਿਆਰੇ ਭਰਾਓ ਤੇ ਭੈਣੋ, ਦੁੱਖ ਅਤੇ ਤਕਲੀਫਾਂ ਪਰੇਸ਼ਾਨੀਆਂ ਸਾਡੀ ਆਮ ਜ਼ਿੰਦਗੀ ਦੇ ਲਈ ਬਹੁਤ ਹੀ ਜ਼ਰੂਰੀ ਨੇ, ਲਾਜ਼ਮੀ ਨੇ, ਕਿਉਂਕਿ ਜਿਸ ਤਰ੍ਹਾਂ ਅਸੀਂ ਵਚਨ ਵਿੱਚ ਸੁਣਿਆ ਵਾ, ਰੋਮੀਆਂ ਦੇ ਨਾਮ ਸੰਤ ਪੌਲਸ ਦਾ ਪੱਤਰ ਉਹਦਾ ਪੰਜ ਬਾਪ ਤਿੰਨ ਐਤ ਵਿੱਚ ਸੁਣਿਆ ਵਾ ਕਿ ਤਕਲੀਫਾਂ ਦੁੱਖ ਮੁਸੀਬਤਾਂ ਸਾਨੂੰ ਦ੍ਰਿੜ ਬਣਾਉਂਦੀਆਂ ਨੇ, ਸਾਨੂੰ ਸਹਿਣਸ਼ੀਲ ਬਣਾਉਂਦੀਆਂ ਨੇ ਅਤੇ ਸਾਨੂੰ ਉਮੀਦ ਵਿੱਚ ਅੱਗੇ ਵਧਾਉਂਦੀਆਂ ਨੇ। ਅਤੇ ਅੱਜ ਦੀ ਅੰਜੀਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਪ੍ਰਭੂ ਯੇਸ਼ੂ ਮਸੀਹ ਆਪਣੇ ਚੇਲਿਆਂ ਦੇ ਨਾਲ ਕਿਸ਼ਤੀ ਦੇ ਵਿੱਚ ਸਵਾਰ ਸਨ ਅਤੇ ਅਚਨਚੇਤ ਸਮੁੰਦਰ ਦੇ ਵਿੱਚ ਤੂਫਾਨ ਆ ਜਾਂਦਾ ਵਾ ਅਤੇ ਚੇਲੇ ਘਬਰਾ ਜਾਂਦੇ ਨੇ ਅਤੇ ਉਸ ਘਬਰਾਹਟ ਦੇ ਵਿੱਚ ਉਹ ਪ੍ਰਭੂ ਨੂੰ ਆਵਾਜ਼ ਮਾਰਦੇ ਨੇ ਅਤੇ ਪ੍ਰਭੂ ਉਹਨਾਂ ਦੀ ਆਵਾਜ਼ ਨੂੰ ਸੁਣਦਿਆਂ ਹੋਇਆ ਉਸ ਪਰੇਸ਼ਾਨੀ ਤੋਂ, ਉਸ ਤਕਲੀਫ ਤੋਂ, ਉਸ ਦੁੱਖ ਤੋਂ ਪ੍ਰਭੂ ਉਹਨਾਂ ਨੂੰ ਮੁਕਤ ਕਰਦੇ ਨੇ, ਆਜ਼ਾਦ ਕਰਦੇ ਨੇ, ਸਮੁੰਦਰ ਦੇ ਵਿੱਚ ਆਏ ਹੋਏ ਤੂਫਾਨ ਨੂੰ ਸ਼ਾਂਤ ਕਰਦਿਆਂ ਹੋਇਆ। ਅਤੇ ਪਿਆਰਿਓ, ਅੱਜ ਦਾ ਵਚਨ ਸਾਨੂੰ ਇਹੀ ਸੰਦੇਸ਼ ਦਿੰਦਾ ਵਾ ਕਿ ਸਾਡੀ ਆਮ ਜ਼ਿੰਦਗੀ ਦੇ ਵਿੱਚ ਦੁੱਖਾਂ ਤਕਲੀਫਾਂ ਦਾ ਹੋਣਾ ਬਹੁਤ ਹੀ ਲਾਜ਼ਮੀ ਆ, ਕਿਉਂਕਿ ਸਾਡੀ ਜਿਹੜੀ ਆਮ ਜ਼ਿੰਦਗੀ ਦੇ ਵਿੱਚ ਸਾਡੇ ਜਿਹੜੀਆਂ ਪਰੇਸ਼ਾਨੀਆਂ ਨੇ ਸਾਨੂੰ ਇਹ ਪ੍ਰਭੂ ਦੇ ਨਾਲ ਜੋੜ ਕੇ ਰੱਖਦੀਆਂ ਨੇ। ਅਤੇ ਆਓ ਅਸੀਂ ਅੱਜ ਦੀ ਪਾਕਮਾਸ ਦੀ ਕੁਰਬਾਨੀ ਦੇ ਵਿੱਚ ਦੁਆ ਕਰੀਏ ਕਿ ਪ੍ਰਭੂ ਮੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਪਰੇਸ਼ਾਨੀਆਂ ਆਉਂਦੀਆਂ ਨੇ, ਮੁਸੀਬਤਾਂ ਆਉਂਦੀਆਂ ਨੇ, ਉਹਨਾਂ ਦੇ ਦ੍ਰਿੜਤਾ ਦੇ ਨਾਲ, ਸਹਿਣ ਸ਼ਕਤੀ ਦੇ ਨਾਲ, ਉਮੀਦ ਦੇ ਨਾਲ ਸਹਿਣ ਕਰਨ ਦੇ ਵਿੱਚ ਮੇਰੀ ਮਦਦ ਕਰੇ, ਨਾ ਕਿ ਇਹ ਦੁੱਖ ਮੁਸੀਬਤਾਂ ਮੈਨੂੰ ਪ੍ਰਭੂ ਦੇ ਪੱਤਰੀ ਜਿਹੜਾ ਮੇਰਾ ਵਿਸ਼ਵਾਸ ਹੈ ਉਹ ਕਮਜ਼ੋਰ ਕਰੇ। ਅਤੇ ਆਓ ਅਸੀਂ ਉਹਨਾਂ ਸਾਰੇ ਸਮਿਆਂ ਦੇ ਲਈ ਖੁਦਾ ਦੇ ਕੋਲੋਂ ਮਾਫ਼ੀ ਮੰਗੀਏ ਜਦੋਂ ਮੈਂ ਵਿਸ਼ਵਾਸ ਦੇ ਵਿੱਚ ਕਮਜ਼ੋਰ ਹੋਇਆ, ਕਿਉਂਕਿ ਮੇਰੇ ਦੁੱਖ ਅਤੇ ਮੇਰੀਆਂ ਜਿਹੜੀਆਂ ਪਰੇਸ਼ਾਨੀਆਂ ਸੀ ਉਹ ਮੇਰੇ 'ਤੇ ਭਾਰੂ ਸੀ ਅਤੇ ਹਨ। ਆਓ ਅਸੀਂ ਉਹਨਾਂ ਸਾਰੇ ਸਮਿਆਂ ਦੇ ਲਈ ਪ੍ਰਭੂ ਦੇ ਕੋਲੋਂ ਮਾਫ਼ੀ ਮੰਗੀਏ, ਗੁਨਾਹਾਂ ਨੂੰ ਯਾਦ ਕਰੀਏ, ਪਛਤਾਵਾ ਕਰਦੇ ਹੋਏ ਪ੍ਰਭੂ ਦੇ ਕੋਲ ਵਾਪਸ ਆਈਏ ਤਾਂ ਜੋ ਅਸੀਂ ਯੋਗ ਰੀਤੀ ਦੇ ਨਾਲ ਪਾਕਮਾਸੀ ਕੁਰਬਾਨੀ ਦੇ ਵਿੱਚ ਭਾਗ ਲੈ ਸਕੀਏ।
ਪਛਤਾਵੇ ਭਰੇ ਮਨ ਦੇ ਨਾਲ ਸਾਰੇ ਮਿਲ ਕੇ ਆਖਾਂਗੇ ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ ਬੋਲਣ ਨਾਲ ਕਰਨ ਨਾਲ ਅਤੇ ਨਗੇਲੀ ਨਾਲ ਬਹੁਤ ਗੁਨਾਹ ਕੀਤੇ ਆਪਣੇ ਦੋਸ਼ ਦੇ ਨਾਲ ਆਪਣੇ ਹੀ ਦੋਸ਼ ਦੇ ਨਾਲ ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ ਇਸ ਲਈ ਮੈਂ ਤਾਂ ਸਦਾ ਕੁਵਾਰੀ ਮਰੀਅਮ ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਤੇ ਸਾਡੇ ਗੁਨਾਹਾਂ ਨੂੰ ਮਾਫ਼ ਕਰਕੇ ਸਾਨੂੰ ਸਦੀ ਵੀ ਜੀਵਨ ਤੱਕ ਪਹੁੰਚਾਵੇ ਆਮੇਨ ਐ ਪ੍ਰਭੂ ਦਇਆ ਕਰ ਐ ਪ੍ਰਭੂ ਦਇਆ ਕਰ ਐ ਮਸੀਹਾ ਦਇਆ ਕਰ ਐ ਮਸੀਹਾ ਦਇਆ ਕਰ ਐ ਪ੍ਰਭੂ ਦਇਆ ਕਰ ਐ ਪ੍ਰਭੂ ਦਇਆ ਕਰ ਅਸੀਂ ਪ੍ਰਾਰਥਨਾ ਕਰੀਏ ਇਹ ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ ਆਪਣੀ ਪਾਕ ਮਰਜ਼ੀ ਮੁਤਾਬਿਕ ਸਾਡੇ ਕਰਮਾਂ ਦੀ ਅਗਵਾਈ ਕਰ ਤਾਂ ਜੋ ਤੇਰੇ ਅਤ ਪਿਆਰੇ ਬੇਟੇ ਦੇ ਨਾਮ ਉੱਤੇ ਅਸੀਂ ਨੇਕ ਕੰਮਾਂ ਵਿੱਚ ਭਰਪੂਰ ਹੋਈਏ ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜੀਉਂਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ ਆਮੇਨ ਪਾਠ ਪਹਿਲਾ ਸਾਮੂਏਲ ਨਬੀ ਦੀ ਦੂਜੀ ਪੋਥੀ ਉਸਦਾ 12 ਬਾਬ 1-7 10-17 ਆਇਤ ਤੱਕ ਤਦ ਪ੍ਰਭੂ ਨੇ ਦਾਊਦ ਕੋਲ ਨਾਥਾਨ ਨਬੀ ਨੂੰ ਘੱਲਿਆ ਅਤੇ ਉਸਨੇ ਦਾਊਦ ਨੂੰ ਆ ਕੇ ਕਿਹਾ ਇੱਕ ਨਗਰ ਵਿੱਚ ਦੋ ਆਦਮੀ ਰਹਿੰਦੇ ਸਨ ਇੱਕ ਅਮੀਰ ਅਤੇ ਦੂਜਾ ਗਰੀਬ ਸੀ ਅਮੀਰ ਆਦਮੀ ਦੇ ਬਹੁਤ ਸਾਰੇ ਪਸ਼ੂ ਅਤੇ ਭੇਡਾਂ ਸਨ ਪਰ ਗਰੀਬ ਆਦਮੀ ਕੋਲ ਕੇਵਲ ਇੱਕ ਛੋਟਾ ਲੇਲਾ ਹੀ ਸੀ ਜੋ ਉਸਨੇ ਮੁੱਲ ਦੇ ਕੇ ਖਰੀਦਿਆ ਸੀ ਉਸ ਛੋਟੇ ਲੇਲੇ ਦੀ ਪੂਰੀ ਤਰ੍ਹਾਂ ਨਾਲ ਦੇਖਭਾਲ ਕਰਦਾ ਸੀ ਅਤੇ ਉਹ ਉਸਦੇ ਬੱਚਿਆਂ ਨਾਲ ਵਧਿਆ ਫੁੱਲਿਆ ਸੀ ਗਰੀਬ ਆਦਮੀ ਉਸ ਲੇਲੀ ਨੂੰ ਆਪਣੇ ਭੋਜਨ ਵਿੱਚੋਂ ਖਾਣ ਲਈ ਦਿੰਦਾ ਅਤੇ ਕਈ ਵਾਰ ਉਸਦੇ ਕਟੋਰੇ ਵਿੱਚੋਂ ਪੀਂਦਾ ਸੀ ਉਹ ਲੇਲਾ ਉਸਦੀ ਗੋਦ ਵਿੱਚ ਬੈਠਦਾ ਸੀ ਅਤੇ ਉਹ ਉਸਦੀ ਆਪਣੀ ਸੰਤਾਨ ਵਾਂਗ ਸੀ ਪਰ ਇੱਕ ਦਿਨ ਅਮੀਰ ਆਦਮੀ ਦੇ ਘਰ ਪ੍ਰਾਹੁਣਾ ਆ ਗਿਆ ਤਾਂ ਉਸਨੇ ਉਸ ਪ੍ਰਾਹੁਣੇ ਲਈ ਆਪਣੇ ਕਿਸੇ ਜਾਨਵਰ ਨੂੰ ਕੱਟ ਕੇ ਨਾ ਪਕਾਉਣਾ ਚਾਹਿਆ ਸਗੋਂ ਉਸ ਗਰੀਬ ਆਦਮੀ ਦੇ ਲੇਲੇ ਨੂੰ ਲੈ ਕੇ ਆਪਣੇ ਪ੍ਰਾਹੁਣਿਆਂ ਲਈ ਪਕਾਇਆ ਦਾਊਦ ਨੂੰ ਇਸ ਘਟਨਾ ਬਾਰੇ ਸੁਣ ਕੇ ਬਹੁਤ ਗੁੱਸਾ ਆਇਆ ਅਤੇ ਉਸਨੇ ਕਿਹਾ ਜਿਉਂਦੇ ਪ੍ਰਭੂ ਦੀ ਸਹੁੰ ਜਿਸ ਆਦਮੀ ਨੇ ਵੀ ਇਹ ਅਪਰਾਧ ਕੀਤਾ ਹੈ ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਇਸ ਅਪਰਾਧ ਦੇ ਬਦਲੇ ਉਸਨੂੰ ਜਿੰਨਾ ਉਸਨੇ ਲਿਆ ਉਸਦਾ 4 ਗੁਣਾ ਦੇਣਾ ਪਵੇਗਾ
ਨਥਾ ਨਬੀ ਨੇ ਦਾਊਦ ਨੂੰ ਉੱਤਰ ਦਿੱਤਾ, ਇਹ ਆਦਮੀ ਦੂਜਾ ਕੋਈ ਨਹੀਂ ਸਗੋਂ ਤੂੰ ਆਪ ਹੈ। ਹੁਣ ਇਸਰਾਇਲ ਦਾ ਪ੍ਰਭੂ ਨੇ ਤੇਰੇ ਬਾਰੇ ਕਿਹਾ, ਮੈਂ ਤੈਨੂੰ ਇਸਰਾਇਲ ਦਾ ਰਾਜਾ ਬਣਾਇਆ ਅਤੇ ਤੇਰਾ ਬਚਾਅ ਸੌਲ ਤੋਂ ਕੀਤਾ, ਸੋ ਹੁਣ ਤੇਰੇ ਟੱਬਰ ਵੱਲੋਂ ਤਲਵਾਰ ਕਦੀ ਮੂੰਹ ਨਹੀਂ ਮੋੜੇਗੀ, ਕਿਉਂਕਿ ਤੂੰ ਮੇਰੀ ਆਗਿਆ ਤੋੜ ਕੇ ਉਰੀਆ ਦੀ ਪਤਨੀ ਨਾਲ ਵਿਆਹ ਕੀਤਾ ਹੈ। ਤੇਰੇ ਇਸੇ ਅਪਰਾਧ ਦੇ ਕਾਰਨ ਹੁਣ ਮੈਂ ਤੇਰੀ ਆਪਣੀ ਸੰਤਾਨ ਵਿੱਚੋਂ ਇੱਕ ਨੂੰ ਤੇਰੇ ਵਿਰੁੱਧ ਖੜਾ ਕਰਾਂਗਾ। ਮੈਂ ਤੇਰੀਆਂ ਪਤਨੀਆਂ ਖੋ ਕੇ ਦੂਜਿਆਂ ਨੂੰ ਦੇ ਦੇਵਾਂਗਾ ਅਤੇ ਉਹ ਖੁੱਲ੍ਹੇਆਮ ਉਹਨਾਂ ਨਾਲ ਸੰਗ ਕਰਨਗੇ। ਤੂੰ ਤਾਂ ਇਹ ਅਪਰਾਧ ਗੁਪਤ ਰੂਪ ਵਿੱਚ ਕੀਤਾ ਹੈ, ਪਰ ਮੈਂ ਇਹ ਸਭ ਕੁਝ ਖੁੱਲ੍ਹੇਆਮ ਸੂਰਜ ਚੜ੍ਹੇ ਸਭ ਦੇ ਸਾਹਮਣੇ ਤੇਰੇ ਨਾਲ ਹੋਣ ਦੇਵਾਂਗਾ। ਦਾਊਦ ਨੇ ਕਿਹਾ, ਮੈਂ ਸੱਚਮੁੱਚ ਪ੍ਰਭੂ ਦੇ ਵਿਰੁੱਧ ਪਾਪ ਕੀਤਾ ਹੈ। ਨਥਾਨ ਨੇ ਉੱਤਰ ਦਿੱਤਾ, ਪ੍ਰਭੂ ਨੇ ਤੈਨੂੰ ਤੇਰਾ ਪਾਪ ਮਾਫ ਕਰ ਦਿੱਤਾ ਹੈ, ਇਸ ਲਈ ਤੂੰ ਨਹੀਂ ਮਰੇਗਾ, ਕਿਉਂਕਿ ਤੂੰ ਇਹ ਕਰਕੇ ਪ੍ਰਭੂ ਦੀ ਨਿੰਦਾ ਦਾ ਕਾਰਨ ਬਣਿਆ ਹੈ, ਸੋ ਤੇਰਾ ਹੋਣ ਵਾਲਾ ਬੱਚਾ ਨਹੀਂ ਬਚੇਗਾ। ਇਹ ਕਹਿ ਕੇ ਨਥਾਨ ਆਪਣੇ ਘਰ ਚਲਾ ਗਿਆ। ਤਦ ਪ੍ਰਭੂ ਨੇ ਉਸ ਬੱਚੇ ਨੂੰ ਬਹੁਤ ਬਿਮਾਰ ਕਰ ਦਿੱਤਾ, ਜਿਸ ਨੂੰ ਦਾਊਦ ਦੇ ਲਈ ਬਾਦਸ਼ਾਹ ਨੇ ਜਨਮ ਦਿੱਤਾ ਸੀ। ਸੋ ਦਾਊਦ ਨੇ ਪਰਮੇਸ਼ੁਰ ਦੇ ਅੱਗੇ ਬੱਚੇ ਦੇ ਚੰਗੇ ਹੋਣ ਲਈ ਪ੍ਰਾਰਥਨਾ ਕੀਤੀ। ਉਸਨੇ ਖਾਣਾ ਪੀਣਾ ਛੱਡ ਦਿੱਤਾ ਅਤੇ ਸਾਰੀ ਰਾਤ ਬੱਚੇ ਦੇ ਕਮਰੇ ਵਿੱਚ ਜਾ ਕੇ ਜ਼ਮੀਨ ਉੱਤੇ ਬੈਠਾ ਰਹਿੰਦਾ ਸੀ। ਉਸਦੇ ਦਰਬਾਰੀ ਜਾ ਕੇ ਉਸ ਨੂੰ ਉੱਠ ਕੇ ਕੁਝ ਖਾਣ ਲਈ ਕਹਿੰਦੇ, ਪਰ ਉਹ ਉਹਨਾਂ ਦਾ ਕਹਿਣਾ ਨਾ ਮੰਨਦਾ ਅਤੇ ਕੁਝ ਨਹੀਂ ਖਾਂਦਾ ਸੀ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਹੇ ਮੇਰੇ ਸ਼ਾਹ ਖੁਦਾਵੰਦਾ, ਵਡਿਆਈ ਤੇਰੀ ਕਰਾਂਗਾ। ਹੇ ਮੇਰੇ ਸ਼ਾਹ ਖੁਦਾਵੰਦਾ, ਵਡਿਆਈ ਤੇਰੀ ਕਰਾਂਗਾ। ਮੈਂ ਸਦਾ ਠੀਕ ਬਿਆਨ ਕਰਾਂ ਕਿ ਤੇਰਾ ਬਿਆਨ ਕਰਾਂ ਕਿ ਤੇਰਾ ਹੈ ਮੁਬਾਰਕ ਤੈਨੂੰ ਹੀ ਖੁਦਾ ਵੰਦਾ ਹਰ ਰੋਜ਼।
दिल में तेरा कलाम उतर जाता है, जिसके दिल में तेरा कलाम उतर जाता है वो बदल जाता है, वो बदल जाता है, वो बदल जा कलाम उतर जाता है, जिसके दिल में तेरा कलाम उतर जाता है वो बदल जाता है, वो बदल जाता है, ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਸੰਤ ਮਰਕੁਸ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਹਦਾ ਚਾਰ ਬਾਪ 35 ਐਤ ਤੋਂ ਲੈ ਕੇ 41 ਐਤ ਤੱਕ। ਉਸ ਦਿਨ ਜਦੋਂ ਸ਼ਾਮ ਹੋ ਗਈ ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਅਸੀਂ ਉਸ ਪਾਰ ਚੱਲੀਏ। ਅਤੇ ਭੀੜ ਨੂੰ ਛੱਡ ਕੇ ਚੇਲੇ ਉਸ ਨੂੰ ਜਿਸ ਤਰ੍ਹਾਂ ਉਹ ਸੀ ਉਸੇ ਤਰ੍ਹਾਂ ਆਪਣੇ ਨਾਲ ਕਿਸ਼ਤੀ ਵਿੱਚ ਲੈ ਗਏ। ਹੋਰ ਵੀ ਕਿਸ਼ਤੀਆਂ ਉਸ ਦੇ ਨਾਲ ਸਨ। ਤਦ ਹਨੇਰੀ ਦਾ ਇੱਕ ਵੱਡਾ ਤੂਫਾਨ ਚੜ੍ਹ ਆਇਆ ਅਤੇ ਲਹਿਰਾਂ ਕਿਸ਼ਤੀ ਨਾਲ ਟਕਰਾਉਣ ਲੱਗੀਆਂ, ਇਸ ਲਈ ਕਿਸ਼ਤੀ ਪਾਣੀ ਨਾਲ ਭਰ ਚੱਲੀ ਸੀ। ਪਰ ਉਹ ਕਿਸ਼ਤੀ ਦੇ ਪਿਛਲੇ ਹਿੱਸੇ ਵਿੱਚ
ਗੱਦੀ ਉੱਤੇ ਸੁੱਤਾ ਪਿਆ ਸੀ। ਚੇਲਿਆਂ ਨੇ ਉਸ ਨੂੰ ਜਗਾਇਆ ਅਤੇ ਕਿਹਾ, ਗੁਰੂ ਜੀ, ਤੁਹਾਨੂੰ ਕੋਈ ਫਿਕਰ ਨਹੀਂ ਕਿ ਅਸੀਂ ਡੁੱਬ ਰਹੇ ਹਾਂ। ਉਹ ਜਾਗ ਗਿਆ ਅਤੇ ਉਸ ਨੇ ਹਵਾ ਨੂੰ ਡਾਂਟਿਆ ਅਤੇ ਸਮੁੰਦਰ ਨੂੰ ਕਿਹਾ, ਸ਼ਾਂਤ ਹੋ, ਥੰਮ ਜਾ। ਹਵਾ ਬੰਦ ਹੋ ਗਈ ਅਤੇ ਸਭ ਸ਼ਾਂਤ ਹੋ ਗਿਆ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਸੋ? ਕਿ ਤੁਹਾਡੇ ਵਿੱਚ ਅਜੇ ਵੀ ਈਮਾਨ ਨਹੀਂ ਹੈ? ਉਹ ਖੌਫ ਨਾਲ ਭਰ ਗਏ ਅਤੇ ਆਪਸ ਵਿੱਚ ਕਹਿਣ ਲੱਗੇ, ਆਖਰ ਇਹ ਹੈ ਕੌਣ ਕਿ ਹਵਾ ਅਤੇ ਸਮੁੰਦਰ ਵੀ ਇਸ ਦਾ ਹੁਕਮ ਮੰਨਦੇ ਹਨ? ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਦੀ ਅੰਜੀਲ ਦੇ ਰਾਹੀਂ ਅਸੀਂ ਸਾਡੀ ਜ਼ਿੰਦਗੀ ਦੇ ਲਈ ਦੋ ਚੀਜ਼ਾਂ ਸਿੱਖਦੇ ਹਾਂ। ਪਹਿਲੀ ਇਹ ਹੈ ਕਿ ਭਾਵੇਂ ਅਸੀਂ ਖੁਦਾ ਦੇ ਹੁਕਮਾਂ ਨੂੰ ਮੰਨਦੇ ਹਾਂ, ਉਹਦੀ ਮਰਜ਼ੀ ਨੂੰ ਮੰਨਦੇ ਹਾਂ, ਉਹਦੀ ਮਰਜ਼ੀ ਦੇ ਮੁਤਾਬਿਕ ਆਪਣਾ ਜੀਵਨ ਗੁਜ਼ਾਰਦੇ ਹਾਂ, ਫਿਰ ਵੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ, ਮੁਸੀਬਤਾਂ, ਪਰੇਸ਼ਾਨੀਆਂ ਆਉਣੀਆਂ ਬਹੁਤ ਹੀ ਜ਼ਰੂਰੀ ਹਨ। ਇਹ ਆਉਣਗੀਆਂ ਹੀ ਆਉਣਗੀਆਂ, ਭਾਵੇਂ ਅਸੀਂ ਖੁਦਾ ਦੇ ਹੁਕਮਾਂ ਦੇ ਮੁਤਾਬਿਕ ਚੱਲੀਏ, ਭਾਵੇਂ ਅਸੀਂ ਉਹਦੀ ਮਰਜ਼ੀ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਕਰੀਏ ਅਤੇ ਭਾਵੇਂ ਨਾ ਵੀ ਕਰੀਏ, ਸਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਅਤੇ ਦੁੱਖ ਮੁਸੀਬਤਾਂ ਆਉਣਗੀਆਂ ਹੀ ਆਉਣਗੀਆਂ। ਜਦੋਂ ਅਸੀਂ ਸੰਤ ਲੂਕਾ ਦੀ ਅੰਜੀਲ ਉਹਦਾ 4:18 ਐਤ ਵਿੱਚ ਪੜ੍ਹਦੇ ਹਾਂ ਅਤੇ ਵਚਨ ਵਿੱਚ ਸੁਣਦੇ ਹਾਂ ਕਿ ਜਦੋਂ ਪ੍ਰਭੂ ਯੇਸੂ ਮਸੀਹ ਮੰਦਰ ਦੇ ਵਿੱਚ ਖੁਦਾ ਦਾ ਸੰਦੇਸ਼ ਪੜ੍ਹਨ ਦੇ ਲਈ ਖੜ੍ਹੇ ਹੋਏ ਅਤੇ ਉਹਨਾਂ ਨੇ ਇਹਨਾਂ ਸ਼ਬਦਾਂ ਦੇ ਰਾਹੀਂ ਖੁਦਾ ਦਾ ਜਿਹੜਾ ਸੰਦੇਸ਼ ਹੈ ਉਹ ਸ਼ੁਰੂ ਕੀਤਾ, ਪ੍ਰਭੂ ਦਾ ਰੂਹ ਮੇਰੇ ਉੱਤੇ ਹੈ ਕਿਉਂਕਿ ਉਸਨੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਉਣ ਲਈ ਮੈਨੂੰ ਮਸਾਹ ਕੀਤਾ ਹੈ। ਉਸਨੇ ਮੈਨੂੰ ਘੱਲਿਆ ਹੈ ਕਿ ਕੈਦੀਆਂ ਨੂੰ ਰਿਹਾਈ ਦਾਂ ਅਤੇ ਅੰਨਿਆਂ ਨੂੰ ਸੁਜਾਕੇ ਹੋਣ ਦਾ ਐਲਾਨ ਕਰਾਂ ਅਤੇ ਦਬਾਏ ਹੋਏ ਲੋਕਾਂ ਨੂੰ ਆਜ਼ਾਦ ਕਰਾਂ ਅਤੇ ਪ੍ਰਭੂ ਦੇ ਮਨ ਪਾਉਂਦੇ ਸਾਲ ਦਾ ਐਲਾਨ ਕਰਾਂ। ਹਾਂ ਪਿਆਰਿਓ, ਪ੍ਰਭੂ ਯੇਸੂ ਮਸੀਹ ਖੁਦਾ ਦੀ ਇਸੇ ਮਰਜ਼ੀ ਪੂਰਾ ਕਰਨ ਦੇ ਲਈ, ਆਪਣੇ ਮਿਸ਼ਨ ਕਾਰਜ ਦੇ ਲਈ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਸਮੁੰਦਰ ਦੇ ਇੱਕ ਕੰਢੇ ਤੋਂ ਦੂਜੇ ਪਾਸੇ ਜਾ ਰਹੇ ਸੀ। ਕਿਉਂਕਿ ਜਦੋਂ ਅਸੀਂ ਜੋ ਅੱਜ ਦਾ ਵਚਨ ਸੁਣਿਆ ਹੈ ਉਹਦੇ ਅੱਗੇ ਜਦੋਂ ਅਸੀਂ ਪੜ੍ਹਾਂਗੇ, ਉਹਦੇ 5 ਦੇ ਵਿੱਚ ਸੰਤ ਮਰਕੁਸ ਦੀ ਅੰਜੀਲ ਉਹਦਾ 5:1 ਤੋਂ ਜਦੋਂ ਅਸੀਂ ਪੜ੍ਹਾਂਗੇ ਤਾਂ ਅਸੀਂ ਸੁਣਾਂਗੇ ਕਿ ਪ੍ਰਭੂ ਯੇਸੂ ਮਸੀਹ ਇੱਕ ਆਦਮੀ ਨੂੰ ਚੰਗਾ ਕਰਦੇ ਨੇ ਜੋ ਸ਼ੈਤਾਨ ਦੀ ਜਕੜ ਵਿੱਚ ਵਾ। ਅਤੇ ਵਚਨ ਵਿੱਚ ਸੁਣਿਆ ਵਾ ਕਿ ਪ੍ਰਭੂ ਯੇਸੂ ਮਸੀਹ ਜਿਹੜੇ ਕੈਦ ਵਿੱਚ ਨੇ, ਜਿਹੜੇ ਜਕੜਾਂ ਵਿੱਚ ਨੇ, ਉਹਨਾਂ ਨੂੰ ਆਜ਼ਾਦ ਕਰਨ ਦੇ ਲਈ ਆਇਆ ਵਾ। ਅਤੇ ਪ੍ਰਭੂ ਅੱਜ ਉਹੀ ਮਿਸ਼ਨ ਕਾਰਜ ਨੂੰ ਪੂਰਾ ਕਰਨ ਦੇ ਲਈ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਸਮੁੰਦਰ ਦੇ ਇੱਕ ਕੰਢੇ ਤੋਂ ਦੂਜੇ ਪਾਸੇ ਜਾ ਰਹੇ ਸੀ। ਅਤੇ ਅਸੀਂ ਵੇਖਦੇ ਹਾਂ ਕਿ ਅਚਨਚੇਤ ਸਮੁੰਦਰ ਦੇ ਵਿੱਚ ਤੂਫਾਨ ਆ ਜਾਂਦਾ ਵਾ। ਹਾਂ ਪਿਆਰਿਓ, ਯੇਸੂ ਮਸੀਹ ਖੁਦਾ ਦੀ ਮਰਜ਼ੀ ਪੂਰੀ ਕਰ ਰਿਹਾ ਸੀ ਪਰ
ਉਸ ਮਰਜ਼ੀ ਨੂੰ ਪੂਰਾ ਕਰਨ ਦੇ ਬਾਵਜੂਦ ਵੀ ਪ੍ਰਭੂ ਯਿਸੂ ਮਸੀਹ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ, ਦੁੱਖਾਂ ਦਾ ਸਾਹਮਣਾ ਕਰਨਾ ਪਿਆ। ਇਹਨਾਂ ਤੱਕ ਕਿ ਜਦੋਂ ਪ੍ਰਭੂ ਯਿਸੂ ਮਸੀਹ ਨੇ ਬਪਤਿਸਮਾ ਗ੍ਰਹਿਣ ਕੀਤਾ ਅਤੇ ਉਜਾੜ ਬੀਆਬਾਨ ਦੇ ਵਿੱਚ ਗਿਆ ਅਤੇ ਉੱਥੇ ਵੀ ਸ਼ੈਤਾਨ ਪ੍ਰਭੂ ਯਿਸੂ ਮਸੀਹ ਨੂੰ 3 ਵਾਰ ਪਰਤਾਵੇ ਵਿੱਚ ਪਾਉਂਦਾ ਵਾ। ਹਾਂ ਪਿਆਰਿਓ, ਜਦੋਂ ਅਸੀਂ ਕੁਰੰਥੀਆਂ ਦੇ ਨਾਮ ਸੰਤ ਪੌਲਸ ਦਾ 2 ਪੱਤਰ ਪੜ੍ਹਦੇ ਹਾਂ, ਸੰਤ ਪੌਲਸ ਕਹਿੰਦਾ ਵਾ ਕਿ ਜਦੋਂ ਮੈਂ ਪ੍ਰਭੂ ਦਾ ਮਿਸ਼ਨ ਕਾਰਜ ਕਰ ਰਿਹਾ ਸੀ ਅਤੇ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਦਾ ਉਹਨੂੰ ਸਾਹਮਣਾ ਕਰਨਾ ਪਿਆ। ਸੰਤ ਪੌਲਸ ਕਹਿੰਦਾ ਵਾ ਕਿ ਯਹੂਦੀਆਂ ਦੇ ਹੱਥੋਂ ਮੈਂ 5 ਵਾਰੀ 1 ਘੱਟ 40 ਕੌੜੇ ਖਾਧੇ, 3 ਵਾਰੀ ਮੈਨੂੰ ਲੋਹੇ ਦੀਆਂ ਸੀਖਾਂ ਨਾਲ ਮਾਰਿਆ ਗਿਆ, 1 ਵਾਰ ਮੈਨੂੰ ਪਥਰਾਓ ਕੀਤਾ ਗਿਆ, 3 ਵਾਰ ਸਮੁੰਦਰੀ ਜਹਾਜ਼ ਜਿਸ ਵਿੱਚ ਮੈਂ ਸਵਾਰੀ ਕਰ ਰਿਹਾ ਸੀ ਉਹ ਗਰਕ ਹੋ ਗਿਆ, ਮੈਂ 1 ਰਾਤ ਅਤੇ 1 ਦਿਨ ਖੁੱਲ੍ਹੇ ਸਮੁੰਦਰ ਵਿੱਚ ਫੱਟੇ ਉੱਤੇ ਰੁੜਦਾ ਰਿਹਾ। ਅਤੇ ਜਿਸ ਤਰ੍ਹਾਂ ਅਸੀਂ ਅੱਗੇ ਅੱਗੇ ਪੜ੍ਹਦੇ ਜਾਵਾਂਗੇ, ਉਸੇ ਤਰ੍ਹਾਂ ਅਸੀਂ ਦੇਖਦੇ ਜਾਵਾਂਗੇ, ਸੁਣਦੇ ਜਾਵਾਂਗੇ ਕਿ ਸੰਤ ਪੌਲਸ ਨੇ ਪ੍ਰਭੂ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਲਈ, ਉਹਦੇ ਕੰਮ ਨੂੰ ਪੂਰਾ ਕਰਨ ਦੇ ਲਈ ਕਿਹੜੀਆਂ ਕਿਹੜੀਆਂ ਦੁੱਖਾਂ ਅਤੇ ਮੁਸੀਬਤਾਂ ਦਾ ਸਾਹਮਣਾ ਕੀਤਾ। ਹਾਂ ਪਿਆਰਿਓ, ਜੇਕਰ ਅਸੀਂ ਮਸੀਹ ਦੇ ਵਿੱਚ ਵਾਂ, ਜੇਕਰ ਅਸੀਂ ਖੁਦਾ ਉੱਤੇ ਇਮਾਨ ਰੱਖਦੇ ਹਾਂ, ਇਹ ਜ਼ਰੂਰੀ ਨਹੀਂ ਆ ਕਿ ਅਸੀਂ ਹਮੇਸ਼ਾ ਸੁੱਖ ਵਾਲਾ ਜੀਵਨ ਗੁਜ਼ਾਰਾਂਗੇ। ਖੁਦਾ ਦੇ ਵਿੱਚ ਰਹਿੰਦਿਆਂ ਹੋਇਆਂ ਵੀ, ਉਹਦੀ ਮਰਜ਼ੀ ਨੂੰ ਪੂਰਾ ਕਰਦਿਆਂ ਹੋਇਆਂ ਵੀ, ਉਹਦੇ ਹੁਕਮਾਂ ਉੱਤੇ ਚੱਲਦਿਆਂ ਹੋਇਆਂ ਵੀ ਸਾਨੂੰ ਦੁੱਖ ਦਾ ਸਾਹਮਣਾ ਕਰਨਾ ਪਵੇਗਾ। ਜਿਸ ਤਰ੍ਹਾਂ ਅਸੀਂ ਸੰਤ ਪੌਲਸ ਦੀ ਜੀਵਨੀ ਵਿੱਚ ਦੇਖਦੇ ਹਾਂ ਕਿ ਪ੍ਰਭੂ ਦਾ ਐਲਾਨ ਕਰਨ ਦੇ ਲਈ, ਉਹਦੇ ਸ਼ਬਦ ਦਾ ਐਲਾਨ ਕਰਨ ਦੇ ਲਈ ਉਹਨੂੰ ਕਿਹੜੀਆਂ ਕਿਹੜੀਆਂ ਦੁੱਖਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਅਤੇ ਦੂਜੀ ਚੀਜ਼ ਜਿਹੜੀ ਅਸੀਂ ਅੱਜ ਦੇ ਵਚਨ ਦੇ ਰਾਹੀਂ ਅੰਜੀਲ ਦੇ ਵਿੱਚੋਂ ਸਿੱਖਦੇ ਹਾਂ ਉਹ ਇਹ ਹੈ ਕਿ ਜਿਹੜੇ ਦੁੱਖ ਮੁਸੀਬਤਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ, ਜਿਹੜੇ ਤੂਫਾਨ ਹੁੰਦੇ ਨੇ, ਪਰੇਸ਼ਾਨੀਆਂ ਹੁੰਦੀਆਂ ਨੇ, ਉਹ ਸਾਨੂੰ ਖੁਦਾ ਦੇ ਨਾਲ ਜੋੜਦੀਆਂ ਨੇ। ਅਤੇ ਅਸੀਂ ਅੱਜ ਦੇ ਪਹਿਲੇ ਪਾਠ ਵਿੱਚ ਸੁਣਦੇ ਹਾਂ ਕਿ ਦਾਊਦ ਰਾਜਾ ਜਦੋਂ ਉਹ ਬੇਟਾ ਬਿਮਾਰ ਹੋ ਗਿਆ, ਜਦੋਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਆ ਗਿਆ, ਅਤੇ ਉਹ ਕਿਸ ਤਰ੍ਹਾਂ ਦੁਆ ਪ੍ਰਾਰਥਨਾ ਦੇ ਰਾਹੀਂ, ਵਰਤ ਰੱਖਣ ਦੇ ਰਾਹੀਂ ਪ੍ਰਭੂ ਦੇ ਨੇੜੇ ਆਉਂਦਾ ਵਾ ਅਤੇ ਆਪਣੇ ਗੁਨਾਹ ਦੇ ਲਈ ਪ੍ਰਭੂ ਦੇ ਕੋਲੋਂ ਮਾਫ਼ੀ ਮੰਗਦਾ ਵਾ। ਅਤੇ ਅਸੀਂ ਅੱਜ ਅੰਜੀਲ ਦੇ ਵਿੱਚ ਵੀ ਦੇਖਦੇ ਹਾਂ ਕਿ ਜਦੋਂ ਚੇਲਿਆਂ ਦੇ ਜੀਵਨ ਦੇ ਵਿੱਚ ਉਹ ਪਰੇਸ਼ਾਨੀ ਆਈ, ਜਦੋਂ ਸਮੁੰਦਰ ਦੇ ਵਿੱਚ ਭਚਾਲ ਆਇਆ, ਤੂਫਾਨ ਆਇਆ, ਘਬਰਾ ਗਏ, ਅਤੇ ਉਹ ਤੂਫਾਨ, ਉਹ ਪਰੇਸ਼ਾਨੀ ਉਹਨਾਂ ਨੂੰ ਪ੍ਰਭੂ ਦੇ ਨਾਲ ਜੋੜਦੀ ਆ ਅਤੇ ਉਸ ਡਰ ਦੇ ਵਿੱਚ ਉਹ ਪ੍ਰਭੂ ਨੂੰ ਪੁਕਾਰਦੇ ਨੇ ਕਿ ਪ੍ਰਭੂ ਜੀ ਸਾਨੂੰ ਬਚਾਓ। ਅਤੇ ਪ੍ਰਭੂ ਉਹਨਾਂ ਦੀ ਇਸ ਆਵਾਜ਼ ਨੂੰ ਸੁਣਦਿਆਂ ਹੋਇਆ ਉਹਨਾਂ ਨੂੰ ਉਸ ਪਰੇਸ਼ਾਨੀ ਉੱਤੋਂ ਕੱਢਦੇ ਨੇ, ਜਿਹਦਾ ਪਰਿਣਾਮ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਸਮੁੰਦਰ ਨੂੰ ਸ਼ਾਂਤ ਕਰਦੇ ਨੇ, ਤੂਫਾਨ ਨੂੰ ਸ਼ਾਂਤ ਕਰਦੇ ਨੇ। ਹਾਂ ਪਿਆਰਿਓ, ਸਾਡੀ ਜ਼ਿੰਦਗੀ ਦੇ ਵਿੱਚ ਵੀ ਦੁੱਖ ਮੁਸੀਬਤਾਂ, ਪਰੇਸ਼ਾਨੀਆਂ ਆਉਣੀਆਂ ਲਾਜ਼ਮੀ ਨੇ, ਕਿਉਂਕਿ ਇਹੀ ਪਰੇਸ਼ਾਨੀਆਂ, ਦੁੱਖ ਮੁਸੀਬਤਾਂ ਸਾਨੂੰ ਪ੍ਰਭੂ ਦੇ ਨਾਲ ਜੋੜ ਕੇ ਰੱਖਦੀਆਂ ਨੇ। ਅਤੇ ਆਓ ਅਸੀਂ ਅੱਜ ਦੀ ਪਾਕਮਾਸੀ ਕੁਰਬਾਨੀ ਦੇ ਵਿੱਚ ਇਹੀ ਵਰਦਾਨ ਮੰਗੀਏ, ਇਹੀ ਫਜ਼ਲ ਮੰਗੀਏ ਕਿ ਪ੍ਰਭੂ ਮੈਨੂੰ ਮੇਰੇ ਦੁੱਖ ਮੁਸੀਬਤਾਂ ਦੇ ਸਮਿਆਂ ਦੇ ਵਿੱਚ, ਪਰੇਸ਼ਾਨੀਆਂ ਦੇ ਸਮਿਆਂ ਦੇ ਵਿੱਚ ਮੇਰਾ ਜਿਹੜਾ ਈਮਾਨ ਹੈ, ਜੋ ਵਿਸ਼ਵਾਸ ਹੈ, ਉਹ ਕਮਜ਼ੋਰ ਨਾ ਹੋਣ ਦੇਵੇ, ਸਗੋਂ
ਇਹ ਪਰੇਸ਼ਾਨੀਆਂ ਮੈਨੂੰ ਪ੍ਰਭੂ ਦੇ ਵਿੱਚ ਹੋਰ ਵੀ ਜ਼ਿਆਦਾ ਮਜ਼ਬੂਤ ਕਰਨ। ਇਹ ਪਰੇਸ਼ਾਨੀਆਂ ਜਿਸ ਤਰ੍ਹਾਂ ਅਸੀਂ ਸੰਤ ਰੋਮੀਆਂ ਦੇ ਨਾਮ ਸੰਤ ਪੌਲੁਸ ਦੇ ਪੱਤਰ ਵਿੱਚੋਂ ਪੜ੍ਹਿਆ ਸੀ, ਉਹਦਾ 5:3 ਵਿੱਚ, ਕਿ ਇਹ ਜੋ ਪਰੇਸ਼ਾਨੀਆਂ ਨੇ ਸਾਨੂੰ ਪ੍ਰਭੂ ਦੇ ਵਿੱਚ ਸ਼ਕਤੀਸ਼ਾਲੀ ਬਣਾਉਂਦੀਆਂ ਨੇ, ਦ੍ਰਿੜ ਬਣਾਉਂਦੀਆਂ ਨੇ, ਸਾਡੇ ਇਮਾਨ ਨੂੰ, ਉਮੀਦ ਨੂੰ ਮਜ਼ਬੂਤ ਬਣਾਉਂਦੀਆਂ ਨੇ। ਅਤੇ ਉਹ ਅਸੀਂ ਪ੍ਰਭੂ ਦੇ ਕੋਲੋਂ ਬਰਕਤ ਮੰਗੀਏ ਕਿ ਪ੍ਰਭੂ ਸਾਡੇ ਦੁੱਖਾਂ ਦੇ ਵਿੱਚ, ਸਾਡੀਆਂ ਪਰੇਸ਼ਾਨੀਆਂ ਦੇ ਵਿੱਚ ਸਾਨੂੰ ਦ੍ਰਿੜ ਬਣਾਵੇ, ਸਾਨੂੰ ਸ਼ਕਤੀਵਾਨ ਬਣਾਵੇ ਅਤੇ ਸਾਡੇ ਇਮਾਨ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਬਣਾਵੇ। ਪਿਆਰੇ ਮਸੀਹਾ ਕਰ ਲੈ ਪਰਵਾਨ, ਅਰਪਣ ਕਰਾਂ ਮੈਂ ਰੂਚੀ ਸਮਝਾਂ। ਪਿਆਰੇ ਮਸੀਹਾ ਕਰ ਲੈ ਪਰਵਾਨ, ਅਰਪਣ ਕਰਾਂ ਮੈਂ ਰੂਚੀ ਸਮਝਾਂ। ਪਿਆਰੇ ਮਸੀਹਾ ਕਰ ਲੈ ਪਰਵਾਨ, ਅਰਪਣ ਕਰਾਂ ਮੈਂ ਰੂਚੀ। ਪਿਆਰੇ ਭਰਾਓ ਅਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਸਾਡੇ ਚੜਾਵਿਆਂ ਨੂੰ ਕਬੂਲ ਕਰ ਅਤੇ ਉਹਨਾਂ ਨੂੰ ਪਾਕ ਕਰ। ਬਖਸ਼ ਦੇ ਕਿ ਉਹ ਸਾਡੀ ਨਜ਼ਾਤ ਲਈ ਲਾਭਦਾਈ ਹੋਣ, ਸਾਡੇ ਪ੍ਰਭੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ, ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਂਦਾ ਰਾਹ ਵਾ, ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ ਜਿਸ ਦੇ ਰਾਹੀਂ ਤੂੰ ਸਾਰੀ ਸ੍ਰਿਸ਼ਟੀ ਨੂੰ ਰਚਿਆ ਹੈ। ਉਹ ਸਾਡਾ ਮੁਕਤੀਦਾਤਾ ਹੈ ਜਿਸ ਨੂੰ ਤੂੰ ਸਾਡੀ ਨਜ਼ਾਤ ਲਈ ਘੱਲਿਆ ਹੈ। ਉਹ ਰੂਪਾਕ ਨਾਲ ਦੇਹ ਧਾਰੀ ਹੋ ਕੇ ਕੁਆਰੀ ਮਰੀਅਮ ਤੋਂ ਜਨਮਿਆ। ਉਸਨੇ ਸਾਡੇ ਵਾਸਤੇ ਆਪਣੇ ਹੱਥ ਸਲੀਬ ਉੱਤੇ ਫੈਲਾ ਦਿੱਤੇ। ਉਸਨੇ ਮੌਤ ਨੂੰ ਖਤਮ ਕੀਤਾ ਅਤੇ ਜੀ ਉੱਠਣ ਨੂੰ ਪ੍ਰਗਟ ਕੀਤਾ।
ਇਸ ਵਿੱਚ ਉਸਨੇ ਤੇਰੀ ਮਰਜ਼ੀ ਨੂੰ ਪੂਰਾ ਕੀਤਾ ਅਤੇ ਤੇਰੇ ਲਈ ਇੱਕ ਪਵਿੱਤਰ ਕੌਮ ਨੂੰ ਜਿੱਤ ਲਿਆ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਦੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ, ਉੱਚਾਈਆਂ ਵਿੱਚ ਹੋਸਨਾ। ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਤੇ ਆਉਂਦਾ ਹੈ, ਉੱਚਾਈਆਂ ਵਿੱਚ ਹੋਸਨਾ। ਐ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤ੍ਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਇਮਾਨਦਾਰ ਪੇਦ, ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਹਿਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਦੇ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆਂ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਰਸੂਲੀ ਸੰਚਾਲਕ ਬਿਸ਼ਪ ਐਗਨੈਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਦੇ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੋ ਗਏ ਹਨ, ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਦੇ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਤਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਤਨ ਰਸੂਲਾਂ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਸ ਹੁੰਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ।
ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ। ਏ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ। ਆਮੀਨ। ਆਓ ਸਾਰੇ ਵਿਸ਼ਵਾਸ ਦੇ ਨਾਲ, ਭਰੋਸੇ ਦੇ ਨਾਲ ਦੁਆ ਕਰੀਏ। ਉਹ ਦੁਆ ਜਿਹੜੀ ਸਾਡੇ ਪ੍ਰਭੂ ਨੇ ਸਾਨੂੰ ਸਿਖਾਈ ਹੈ। ਅਏ ਸਾਡੇ ਬਾਪ, ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ, ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਇਸ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯੇਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜੀਵਦਾ ਅਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੇਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਏ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਏ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਏ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਦੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਸਿਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਲੈ ਆਵੇਂ, ਪਰ ਇੱਕ ਸ਼ਬਦ ਦਾ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਚੁੱਕ ਲੈ ਗਿਆ ਜਦੋਂ ਚੜਿਆ ਯਸੂ ਸਲੀਬ ਤੇ, ਜਦੋਂ ਚੜਿਆ ਯਸੂ ਸਲੀਬ ਤੇ,
ਜਦੋਂ ਚੜਿਆ ਯਸੂ ਸਲੀਬ ਤੇ, ਸਾਰੀ ਦੁਨੀਆ ਦੇ ਦੁੱਖ ਚੁੱਕ ਲੈ ਗਿਆ ਜਦੋਂ ਚੜਿਆ ਯਸੂ ਸਲੀਬ ਤੇ। ਉਸਦੇ ਲਹੂ ਨਾਲ ਮਿਲੀਆਂ ਸ਼ਿਫਾਵਾਂ, 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 ਉਸਦੇ ਲਹੂ ਨਾਲ ਮੁਕੀਆਂ ਸਜਾਵਾਂ, ਉਸਦੇ ਲਹੂ ਨਾਲ ਸਜਾਵਾਂ, ਉਸਦੇ ਲਹੂ ਨਾਲ ਮੁਕੀਆਂ ਸਜਾਵਾਂ, ਉਸਦੇ ਲਹੂ ਨਾਲ ਮੁਕੀਆਂ ਸਜਾਵਾਂ। ਮੈਨੂੰ ਭੁੱਖਾਂ ਵਿੱਚੋਂ ਛੁਡਾ ਗਿਆ ਜਦੋਂ ਚੜਿਆ ਯਸੂ ਸਲੀਬ ਤੇ, ਸਾਰੀ ਦੁਨੀਆ ਦੇ ਦੁੱਖ ਚੁੱਕ ਲੈ ਗਿਆ ਜਦੋਂ ਚੜਿਆ ਸਲੀਬ ਤੇ, ਜਦੋਂ ਚੜਿਆ ਯਸੂ ਸਲੀਬ ਤੇ, ਜਦੋਂ ਚੜਿਆ ਯਸੂ ਸਲੀਬ ਤੇ, ਸਾਰੀ ਦੁਨੀਆ ਦੇ ਦੁੱਖ ਚੁੱਕ ਲੈ ਗਿਆ ਜਦੋਂ ਚੜਿਆ ਯਸੂ ਸਲੀਬ ਤੇ, ਸਲੀਬ ਤੇ, ਸਲੀਬ ਤੇ। ਅਸੀਂ ਪ੍ਰਾਰਥਨਾ ਕਰੀਏ। ਇਹ ਪੂਰੀ ਕੁਦਰਤ ਵਾਲੇ ਖੁਦਾ, ਇਹਨਾਂ ਪਾਕ ਭੇਦਾਂ ਵਿੱਚ ਤੂੰ ਸਾਨੂੰ ਆਪਣੇ ਬੇਟੇ ਦੇ ਬਦਨ ਅਤੇ ਲਹੂ ਨਾਲ ਰਜਾਇਆ ਹੈ। ਬਖਸ਼ ਦੇ ਕਿ ਸਾਨੂੰ ਨਵਾਂ ਜੀਵਨ ਦੇਣ ਵਾਲੇ ਇਸ ਤੋਹਫ਼ੇ ਦੇ ਲਈ ਅਸੀਂ ਸਦਾ ਖੁਸ਼ੀ ਮਨਾਈਏ ਅਤੇ ਤੇਰੇ ਸ਼ੁਕਰਗੁਜ਼ਾਰ ਬਣੇ ਰਹੀਏ। ਸਾਡੇ ਪ੍ਰਭੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ, ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਬਰਕਤ ਪ੍ਰਦਾਨ ਕਰੇ, ਆਮੀਨ। ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ, ਯਾਦ ਕਰ, ਐ ਨਹਾਇਤ ਮਿਹਰਬਾਨ ਕੁਆਰੀ ਮਰੀਮ, ਪਏ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦੇ ਆ, ਤੇਰੀ ਮਦਦ ਚਾਹੁੰਦੇ ਆ, ਤੇਰੀ ਸਿਫਾਰਿਸ਼ ਮੰਗਦੇ ਆ, ਤੇ ਤੋਂ ਖਾਲੀ ਕਿਆ ਹੋਵੇ। ਆਏ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਣਾ ਹੀ ਰੋਂਦਾ ਹਾਂ। ਐ ਦਿਲਧਾਰੀ ਹੋਏ ਕਲਾਮ ਦੀ ਮਾਂ, ਤੂੰ ਮੇਰੀ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ, ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਉੱਜ
ਉੱਚਾ ਰੁਤਬਾ ਤੇ ਉੱਚੀਓ ਦਿਸ਼ਾਨੇ, ਉੱਚਾ ਰੁਤਬਾ ਤੇ ਉੱਚੀਓ ਦਿਸ਼ਾਨੇ, ਉੱਚਾ ਰੁਤਬਾ ਤੇ ਉੱਚੀਓ ਦਿਸ਼ਾਨੇ, ਉੱਚਾ ਰੁਤਬਾ ਤੇ ਉੱਚੀਓ ਦਿਸ਼ਾਨੇ। ਮਾਂ ਮਰੀਅਮ ਸਾਰੇ ਜਗ ਦੀ ਮਾਏ, ਮਾਂ ਮਰੀਅਮ ਸਾਰੇ ਜਗ ਦੀ ਮਾਏ, ਮਾਂ ਮਰੀਅਮ ਸਾਰੇ ਜਗ ਦੀ ਮਾਂ, ਮੇਰੀ ਮਾਂ ਮਰੀਅਮ ਸਾਰੇ ਜਗ ਦੀ ਮਾਂ। ਉੱਚਾ ਰੁਤਬਾ ਤੇ ਉੱਚੀਓ ਦਿਸ਼ਾਨੇ, ਉੱਚਾ ਰੁਤਬਾ ਤੇ ਉੱਚੀਓ ਦਿਸ਼ਾਨੇ, ਉੱਚਾ ਰੁਤਬਾ ਤੇ ਉੱਚੀਓ ਦਿਸ਼ਾਨੇ, ਉੱਚਾ ਰੁਤਬਾ ਤੇ ਉੱਚੀਓ ਦਿਸ਼ਾਨੇ। ਮਾਂ ਮਰੀਅਮ ਸਾਰੇ ਜਗ ਦੀ ਮਾਂ, ਮੇਰੀ ਮਾਂ ਮਰੀਅਮ ਸਾਰੇ ਜਗ ਦੀ ਮਾਂ, ਮਾਂ ਮਰੀਅਮ ਜਗ ਦੀ ਮਾਏ, ਮਾਂ ਮਰੀਅਮ ਸਾਰੇ ਜਗ ਦੀ ਮਾਏ। ਵਚਨਾਂ ਨੂੰ ਦਿਲ ਚ ਜਮਾ ਕਰ ਰੱਖਦੀ, 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 ਸਾਰੀਆਂ ਮੁਰਾਦਾਂ ਮਾਤਾ ਪੂਰੀ ਕਰ ਸਕਦੀ, ਸਾਰੀਆਂ ਮੁਰਾਦਾਂ ਮਾਤਾ ਪੂਰੀ ਕਰ ਸਕਦੀ, ਸਾਰੀਆਂ ਮੁਰਾਦਾਂ ਮਾਤਾ ਪੂਰੀ ਕਰ ਸਕਦੀ, ਸਾਰੀਆਂ ਮੁਰਾਦਾਂ ਮਾਤਾ ਪੂਰੀ ਕਰ ਸਕਦੀ। ਬੇਜਾਨਾਂ ਵਿੱਚ ਪਰੇ ਮਰੀਅਮ ਜਾਣੇ, ਬੇਜਾਨਾਂ ਵਿੱਚ ਪਰੇ ਮਰੀਅਮ ਜਾਣੇ, ਬੇਜਾਨਾਂ ਵਿੱਚ ਪਰੇ ਮਰੀਅਮ ਜਾਣੇ, ਮਾਂ ਮਰੀਅਮ ਸਾਰੇ ਜਗ ਦੀ ਮਾਂ, ਮੇਰੀ ਮਾਂ ਮਰੀਅਮ ਸਾਰੇ ਜਗ ਦੀ ਮਾਂ, ਮਾਂ ਮਰੀਅਮ ਸਾਰੇ ਜਗ ਦੀ ਮਾਂ, ਮੇਰੀ ਮਾਂ ਮਰੀਅਮ ਸਾਰੇ ਜਗ ਦੀ।